स्नेहाधीर सांझा पंजाब टीवी अमृत भाई ਤੁਹਾਡਾ ਨਾਮ ਕੀ ਜੀ ਮੇਰਾ ਨਾਮ ਵਿਜੇ ਕੁਮਾਰ ਜੀ ਹਾਂਜੀ ਮੈਂ ਡੈਮਗੰਜ ਦਾ ਵਾਸੀ ਹਾਂ ਜੀ ਵੇਖੋ ਇਹ ਪਾਣੀ ਦਾ ਇੱਧਰ ਦੇਖੋ ਪਾਣੀ ਦੀਆਂ ਪੀਣ ਵਾਲੇ ਪਾਣੀ ਦਾ ਗੱਡਾ ਗੰਦੇ ਦੇ ਬਾਰੇ ਵੀ ਬੜੀ ਆਰੀ ਸਮੱਸਿਆ ਆ ਚੁੱਕੀਆਂ ਨੇ ਆ ਮੇਰਾ ਵਕਾ ਵਿੱਕੀ ਆਇਆ ਜੀ 68 ਨੰਬਰ ਹਾਤੇ ਦੇ ਵਿੱਚ ਆ ਵੇਖੋ ਆ 68 ਨੰਬਰ ਹਾਤੇ ਦੇ ਵਿੱਚ ਆਇਆ ਜੀ ਆ ਵੀ ਪਾਣੀ ਦੀ ਸਮੱਸਿਆ ਦੇ ਵਿੱਚ ਹੀ ਆਇਆ ਜੀ ਮੇਰੇ ਕੋਲ ਇਹ ਕਿੰਨੇ ਦਿਨ ਹੋ ਗਏ ਸੀਵਰ ਬੰਦ ਨੂੰ ਇਹ ਸੀਵਰ ਬੰਦ ਦੇ ਕਿੰਨੇ ਦਿਨ ਹੋ ਗਏ ਨੇ ਭਾਜੀ ਸੀਵਰ ਦੀ ਕੋਈ ਹਫਤੇ ਬਾਅਦ 15 ਦਿਨੀ ਇਸ ਇਲਾਕੇ ਦੀ ਡਿਟੇਲ ਚੈੱਕ ਕੀਤੀ ਜਾਏ ਕਿਉਂ ਇਲਾਕਾ ਸੀਵਰ ਛੋਟੇ ਨੇ ਤੇ ਇਲਾਕਾ ਵੱਡਾ ਹੋ ਗਿਆ ਵੇ ਤੇ ਕਿੰਨੇ ਪੁਰਾਣੇ ਸੀਵਰ ਪਏ ਨੇ ਨਾ ਸੀਵਰਾਂ ਦੀ ਕੋਈ ਰਿਪੇਅਰਿੰਗ ਕੀਤੀ ਗਈ ਏ ਵਾਰਡ ਨੰਬਰ 53 ਦਾ ਇਲਾਕੇ ਦਾ ਹਾਲ ਜੀ ਕਿ ਕਿੰਨੇ ਦਿਨਾਂ ਤੋਂ ਇਹ ਪਾਣੀ ਦੀ ਪੀਣ ਵਾਲੇ ਦੀ ਤੇ ਗਟਰਾਂ ਦੇ ਸੰਬੰਧ ਦੇ ਵਿੱਚ ਬੜੀ ਵਾਰੀ ਇਹਨਾਂ ਨੂੰ ਤਲਾਹ ਦੇ ਚੁੱਕੇ ਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਬੜੀ ਵਾਰੀ ਬੇਨਤੀ ਕੀਤੀ ਏ ਕਿ ਇਲਾਕੇ ਦੇ ਸੀਵਰੇਜ ਚੈੱਕ ਕੀਤੇ ਜਾਣ ਨਾਲੇ ਪਾਣੀ ਦਾ ਤੇ ਨਾਲੇ ਸੀਵਰੇਜ ਦੀਆਂ ਪਾਈਪਾਂ ਨਾ ਰੱਖੇ ਇਹਨਾਂ ਨੂੰ ਕਈ ਵਾਰੀ ਬੇਨਤੀ ਕੀਤੀ ਏ ਪਾਣੀ ਦੇ ਡਿਪਾਰਟਮੈਂਟ ਦੇ ਗੈਂਗ ਨੂੰ ਵੀ ਕਈ ਵਾਰੀ ਬੇਨਤੀ ਕੀਤੀ ਏ ਕਿ ਪਾਣੀ ਗੰਦਾ ਹੁੰਦਾ ਗੰਦੇ ਦੇ ਸੰਬੰਧ ਦੇ ਵਿੱਚ ਵੀ ਇਹਨਾਂ ਨੇ ਸ਼ਿਕਾਇਤਾਂ ਕੀਤੀਆਂ ਉਸ ਤੋਂ ਬਾਅਦ ਇਹ ਚੈਂਬਰ ਵੇਖੋ ਕਿੰਨੇ ਕਿੰਨੇ ਦੇਰ ਦੇ ਬੰਦ ਪਏ ਪਾਣੀ ਚੱਕਾ ਮਾਰਨ ਦਿਆ ਚੱਕਾ ਮਾਰਨ ਦੇ ਸੰਬੰਧ ਦੇ ਵਿੱਚ ਇੱਕ ਪਾਣੀ ਦਾ ਟੀ ਪੁਆਇੰਟ ਲੱਗਾ ਟੀ ਪੁਆਇੰਟ ਦੇ ਇਲਾਕੇ ਦੇ ਲਾਗੇ ਇੱਕ ਚੈਂਬਰ ਨੇ ਇਹਨਾਂ ਨੇ ਚੈਂਬਰ ਬਣਾਏ ਹੋਏ ਨੇ ਚੈਂਬਰਾਂ ਦੇ ਸਮੱਸਿਆ ਦੇ ਵਿੱਚ ਹਰ ਜਗ੍ਹਾ ਤੇ ਵੀ ਚੈਂਬਰ ਵੀ ਨਹੀਂ ਖੁੱਲੇ ਤੇ ਇਲਾਕਾ ਜਿਹੜਾ ਵੇ ਪਾਣੀ ਡਾਕਾ ਮਾਰਦਾ ਪਿਆ ਜੀ ਇਹ ਦੇਖੋ ਕਿੱਡੀ ਲੰਬੀ ਆ ਫਿਲਟਰਾਂ ਲੈ ਕੇ ਆਈ ਜੀ ਆ ਵੇਖੋ ਫਿਲਟਰਾਂ ਮੈਂ ਵਿਖਾਉਣਾ ਤੁਹਾਨੂੰ ਆ ਜਿਹੜੀ ਫਿਲਟਰਾਂ ਪਾਉਣ ਦੇ ਸੰਬੰਧ ਦੇ ਵਿੱਚ ਵੀ ਹਜੇ ਤੱਕ ਪਾਣੀ ਦੀਆਂ ਬੈਕਾਂ ਨਹੀਂ ਜੇ ਖਤਮ ਹੋਈਆਂ ਪਾਣੀ ਦੇ ਸੰਬੰਧ ਦੇ ਵਿੱਚ ਕਈ ਵਾਰੀ ਜਾਣੂ ਕਰਾਇਆ ਪਾਣੀ ਦੇ ਸਮੱਸਿਆ ਦੇ ਵਿੱਚ ਗੰਦਾ ਪਾਣੀ ਆਣ ਡਿਆ ਉਧਰੋਂ ਕਹਿੰਦੇ ਨੇ ਵੀ ਕਰੋਨਾ ਵਾਇਰਸ ਦੀ ਬਿਮਾਰੀ ਹੈ ਜਿਹੜੀ ਹੈ ਬਿਮਾਰੀ ਹੈ ਬਿਮਾਰੀ ਤਾਂ ਚਲੋ ਇੱਕ ਅਲੱਗ ਚੀਜ਼ ਹੈ ਇਹਨਾਂ ਨੇ ਬਿਮਾਰੀ ਦੇ ਵਿੱਚ ਵੀ ਇਸ ਇਲਾਕੇ ਨੇ ਗੰਦਾ ਪਾਣੀ ਪੀਤਾ ਗੰਦਾ ਪਾਣੀ ਪੀਣ ਦੇ ਸੰਬੰਧ ਵਿੱਚ ਕਈ ਵਾਰੀ ਜਈ ਨੂੰ ਤਲਾਕ ਦਿੱਤੀ ਕੀ ਗੱਲ ਕਰਨਾ ਤੁਹਾਡੇ ਇੱਥੇ ਕੌਂਸਲਰ ਨੂੰ ਮਿਲੇ ਹੋ ਜਾਂ ਨਾ ਮਿਲੇ ਹੋ ਕੌਂਸਲਰ ਨੂੰ ਬੜੇ ਵਾਰੀ ਬੇਨਤੀ ਕੀਤੀ ਹੈ ਕੌਂਸਲਰ ਨੂੰ ਬੇਨਤੀ ਕੀਤੀ ਹੈ ਕੌਂਸਲਰ ਦੇ ਹੀ ਬੰਦੇ ਅੱਜ ਆਏ ਨੇ ਅੱਗੋਂ ਬੰਦੇ ਆਨਾ ਕਰਨੀ ਕਰਨਗੇ ਇਸ ਸਮੱਸਿਆ ਦੇ ਵਿੱਚ ਇਹ ਕੌਂਸਲਰ ਨੂੰ ਕੀ ਪਤਾ ਵੀ ਇਹ ਚੈਂਬਰ ਬੰਦ ਹੈ ਕੌਂਸਲਰ ਦਾ ਕੀ ਨਾਂ ਹੈ ਸਰਬਜੀਤ ਸਿੰਘ ਜੀ ਲਾਟੀ ਕੌਂਸਲਰ ਇਸ ਵਾਰਡ ਨੂੰ ਦੋ ਪੈਂਦੇ ਨੇ ਇੱਕ ਸਰਬਜੀਤ ਸਿੰਘ ਲਾਟੀ ਇੱਕ ਮੇਅਰ ਹੈਗੇ ਜੇ ਜੁਨਸ ਜੀ ਤੇ ਦੋਨਾਂ 'ਚ ਕੋਈ ਨਹੀਂ ਵੜਿਆ ਨਾ ਜੀ ਭਾਜੀ 5 ਸਾਲਾਂ ਬਾਅਦ ਇਸ ਇਲਾਕੇ ਦੇ 5 ਸਾਲਾਂ ਦੇ ਬਾਅਦ ਇਸ ਇਲਾਕੇ ਦੀ ਕੋਈ ਬਾਤ ਨਹੀਂ ਵੀ ਸੀਵਰ ਛੋਟੇ ਨੇ ਇਲਾਕਾ ਵੱਡਾ ਹੋਣ ਡਿਆ ਵੇ ਇਲਾਕੇ ਵੱਡੇ ਦੇ ਸੰਬੰਧ ਦੇ ਵਿੱਚ ਇਸ ਇਲਾਕੇ ਦੇ ਵਿੱਚ ਸੀਵਰ ਦੀਆਂ ਪੈਪਾਂ ਅਤੇ ਪਾਣੀ ਦੀਆਂ ਪੈਪਾਂ ਅਲੱਗ ਕੀਤੀਆਂ ਜਾਣ ਤਾਂ ਕਿ ਲੋਕ ਗੰਦੇ ਪਾਣੀ ਤੋਂ ਬਿਮਾਰੀ ਤੋਂ ਬਚ ਸਕਣ ਠੀਕ ਹੈ ਡੈਮਗੰਜ ਵਿੱਚ ਦੇਖੋ ਇਹ ਸੀਵਰ ਕਿੰਨੇ ਖਰਾਬ ਹੈਗੇ ਆ ਮਗਰ ਤੁਸੀਂ ਵੀ ਖੁਦ ਦੇਖ ਸਕਦੇ ਤਾਰਾਂ ਥੱਲੇ ਗਿਰੀਆਂ ਹੋਈਆਂ ਬਿਜਲੀ ਮਹਿਕਮੇ ਦੀਆਂ ਜੇ ਤਾਰਾਂ ਮੀਟਰ ਥੱਲੇ ਲੱਗੇ ਹੋਏ ਨੇ ਗੰਦ ਕਿੰਨਾ ਪਿਆ ਹੋਇਆ ਇਹ ਜੇ ਲੋਕ ਆਪਣੀ ਦੁਕਾਨਾਂ ਬਣਾ ਰਹੇ ਉਹਨਾਂ ਅੱਗੇ ਮੀਟਰ ਥੱਲੇ ਡਿੱਗੇ ਹੋਏ ਨੇ ਮਗਰ ਤਾਰਾਂ ਕਿੰਨੀਆਂ ਖਿਲਰੀਆਂ ਹੋਈਆਂ ਨੇ ਕੱਲ੍ਹ ਨੂੰ ਕੋਈ ਕਰੰਟ ਆ ਗਿਆ ਮਾਰਕੀਟ ਵਿੱਚ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਤੁਸੀਂ ਖੁਦ ਦੇਖ ਸਕਦੇ ਹੋ 32 ਮਹਿਕਮੇ ਵਾਲੇ ਜਈ ਸੁੱਤੇ ਹੋਏ ਨੇ ਅਤੇ ਇਹਨੂੰ ਕਰਨਾ ਚਾਹੀਦਾ ਠੀਕ ਮੀਟਰਾਂ ਨੂੰ ਤਾਰਾਂ ਨੂੰ ਬੰਨੀਆਂ ਚਾਹੀਦੀਆਂ ਬਾਰਸ਼ਾਂ 'ਚ ਦੇਣਗੇ ਆ ਕੱਲ੍ਹ ਨੂੰ ਕੋਈ ਵੀ ਬੱਚਾ ਵੀ ਜਾਂ ਕੋਈ ਬੜਾ ਵੀ ਬੁੜਾ ਵੀ ਕੋਈ ਵੀ ਆ ਗਏ ਇਹ 'ਚ ਕਿਸੇ ਦੀ ਡੈਥ ਹੋ ਗਈ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਬਿਜਲੀ ਮਹਿਕਮਾ ਹੋਏਗਾ ਮਗਰ ਜਦੋਂ ਕੌਂਸਲਰ ਨੂੰ ਕਹਿੰਦੇ ਕੌਂਸਲਰ ਵੀ ਨਹੀਂ ਗੱਲ ਸੁਣਦਾ ਗਾ ਠੀਕ ਹੈ ਡੈਮਗੰਜ ਵਿੱਚ ਇੰਨੀ ਮਾਰਕੀਟਾਂ 3-4 ਮਾਰਕੀਟਾਂ ਨਵੀਆਂ ਬਣਦੀਆਂ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ ਕਿਵੇਂ ਦੇਖੋ ਤਾਰਾਂ ਖਿਲਰੀਆਂ ਹੋਈਆਂ ਸੀਵਰ ਬੰਦ ਪਏ ਨੇ ਹਰ ਚੀਜ਼ ਦੇਖੋ ਹੀ ਦੇਖ ਸਕਦੇ ਹੋ ਜੇ ਕਾਰ ਵਿਸ਼ਾ ਵੀ ਜਾਂਦੇ ਆ ਤਾਂ ਸੀਵਰ ਨਹੀਂ ਖੋਲਦੇ ਹੈਗੇ 3-3 ਦਿਨ ਢੱਕਣ ਖੁੱਲ੍ਹੇ ਰਹਿੰਦੇ ਨੇ ਕੱਲ੍ਹ ਨੂੰ ਕੋਈ ਬੱਚਾ ਗਿਰ ਕੇ ਆ ਜਾਂ ਕੁਛ ਗਿਰ ਕੇ ਆ ਜ਼ਿੰਮੇਵਾਰ ਕੌਣ ਹੋਣਗੇ ਉਂਝ ਕਹਿੰਦੇ ਕੋਈ ਤੁਹਾਨੂੰ ਪਤਾ ਗੰਦਗੀ ਹੋਈ ਤਾਂ ਕਰੋਨਾ ਤਾਂ ਫੈਲੇਗਾ ਸਰਕਾਰ ਕਹਿੰਦੀ ਹੈ ਸਫਾਈ ਰੱਖੋ ਸਫਾਈ ਕੀ ਕਰਨ ਜਦੋਂ ਮੁਹੱਲੇ ਵਾਲੇ ਉੱਠ ਕੇ ਸਫਾਈ ਕਰਦੇ ਨੇ ਤਾਂ ਦੇਖਦੇ ਹਾਂ ਕਿੰਨਾ ਗੰਦ ਪਿਆ ਤੁਹਾਨੂੰ ਪਤਾ ਬਾਰਿਸ਼ ਦਾ ਦਿਨ ਹੈਗਾ ਇੰਨੇ ਹਾਲਾਤ ਮਾਰੇ ਆ ਇਹ ਹੱਥ ਜੋੜ ਕੇ ਬੇਨਤੀ ਹੈ ਕਾਰਵੇਸ਼ਨ ਨੂੰ ਔਰ ਬਿਜਲੀ ਮਹਿਕਮੇ ਨੂੰ ਇਹ ਜਿਹੜੇ ਠੀਕ ਕੀਤੇ ਜਾਣ ਨਹੀਂ ਤਾਂ ਇਹ ਕਾਰਵਾਈ ਮਹਿੰਗੀ ਪਏਗੀ ਜਿਵੇਂ ਆਪਾਂ ਡੈਮਗੰਜ ਆਏ ਡੈਮਗੰਜ ਵੇਖਦੇ ਪਏ ਕਿਵੇਂ ਤਾਰਾਂ ਦੇਖੋ ਨਵੀਂ ਮਾਰਕੀਟ ਬਣਦੀ ਪਈ ਹੈ ਉੱਥੇ ਤਾਰਾਂ ਦੇਖੋ ਅੱਗੇ ਕਿੰਨੀਆਂ ਖਿਲਰੀਆਂ ਹੋਈਆਂ ਕੱਲ੍ਹ ਨੂੰ ਕੋਈ ਵੀ ਕਰੰਟ ਜਾਂ ਕੁਛ ਵੀ ਹੋਏਗਾ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਬਿਜਲੀ ਮਹਿਕਮਾ ਹੋਏਗਾ ਜਿਵੇਂ ਵੇਖੋ ਜੀ ਇਹਦੇ ਬੋਰਡ ਵੀ ਲਾਇਆ ਮੀਟਰ ਵੀ ਲਾਏ ਹੋਏ ਨੇ ਜੇ ਕਿੰਨੇ ਮੀਟਰ ਲੱਗੇ ਨੇ ਤਾਰਾਂ ਥੱਲੇ ਹੋਈਆਂ ਤੁਸੀਂ ਖੁਦ ਦੇਖ ਸਕਦੇ ਕਿਵੇਂ ਤਾਰਾਂ ਖਿਲਰੀਆਂ ਪਈਆਂ ਹੋਈਆਂ ਇਹ ਬਾਰਿਸ਼ ਦੇ ਦਿਨ ਹੈਗੇ ਆ ਕੋਈ ਵੀ ਕਰੰਟ ਆ ਕੇ ਕੋਈ ਬੱਚਾ ਵੀ ਕੁਛ ਹੋ ਸਕਦਾ ਕਿਸੇ ਬੰਦੇ ਦੇ ਵੱਡੇ ਨੂੰ ਵੀ ਹੋ ਸਕਦਾ ਤੁਸੀਂ ਖੁਦ ਦੇਖ ਸਕਦੇ ਹੋ ਬਿਜਲੀ ਮਹਿਕਮੇ ਵਾਲੇ ਸੁੱਤੇ ਹੋਏ ਨੇ
अपने ही अपने तो दूर भज रहे कि जा वक्त बाबा पै गया बदरे हम बाप बाबा बन गया सराप बाबा मौका वेख काल बारी रह गया आके तू बचा ले सानू पानी गंदा आ रहा है मगर कल बीमारी फैल गई पानी गंदा पीना कोई बीमार गया जिम्मेवार कौन है कार्पोरेशन कौन है तेन साफ करवाओ बड़ी बारी कंप्लेन पे करने आते नहीं बंदे खुद मीटर लगे हुए मीटर देखो खाली करंट तारा देखो थले पे किसी मकान भी करंट आ सकता है कोई बिजली महकमे वाला कोई नहीं पता कर खुद देख सकते हो मीटर देखो खाली है बारिश पै रही है कल कोई करंट भी आ सकता जिमें देखो मार्केट दुकाना बंद भी हैं इतने भी करंट आ सकता लोग आते शहदे जो करंट आ गया तो जिम्मेवार कौन है बिजली महकमा या सरकार बंद किया है मगर ये देखो कि गंदगी हैगी है कोई सफाई नहीं गई कारवेशन किन्नी बारी कह गया कारवासी मानते नहीं गए कल देखो जे तो गंदगी होगी तो करोना फैल गया तो जिम्मेवार कौन है सरकार या प्रधानमंत्री विकास ने गल करना डैमगंज आए हुए हैं डैमगंज सीवर खुले हुए हैं इतने कि गंद पिया है कोई नहीं आता कारपोरेशन भी जाते जो कौंसल भी काम नहीं करता अज इन्होंने गल करा हाँ जी भाई तुम्हारा नाम विकास जी जिम्मे देखो सीवर खुले हुए गंद पिया है तो ये बारे की कहना काफ़ी देर तो गंदा आ रहा कंप्लेन की बंदे आए हैं सीवर खोलिया उन्होंने सफाई नहीं हो पाई सर अगो कारवाई फिर जाने कौंसलर को जाने एक बार फिर देखो पानी फिर नहीं तुम क्या ही अच्छा कर देंगे अच्छा फिर नहीं साफ होया काम भाई जी जो वोटा होंगे वो हाथ जोड़ के आते हैं हूँ अगो वोटा आ रही क्योंकि तुम पता करोना है क्या नहीं है तुम पता भी है जे एक गंद पै रहा तो लोगों को करोना भी हो सकता है ये बारे कुछ कहना चाहते हो लोगों को अपनी सफाई देखनी चाहिए सफाई करिए महल में अं बोकर मैंने सफाई होनी नहीं कि बोकर फेरी चलो जी काम खत्म जब मेन तो शिवर की शॉप शिवर करो सही